ਕਿਹਾ ਵੀ ਕਿਸਾਨਾਂ 'ਚ ਪੂਰਾ ਜੋਸ਼ ਆ ਅਤੇ ਟਰੈਕਟਰ ਟਰਾਲੀਆਂ ਜਿਹੜਾ ਸਾਡਾ ਇੱਕ ਸਿੰਬਲ ਹੁੰਦਾ ਉਹਦੇ 'ਤੇ ਅਸੀਂ ਜਾ ਕੇ ਦਿੱਲੀ ਦਾ ਘਰਾਓ ਕਰਾਂਗੇ। ਇੱਕ ਟਰਾਲੀ ਇੱਕ ਟਰੈਕਟਰ ਦੇ ਪਿੱਛੇ ਦੋ ਦੋ ਟਰਾਲੀਆਂ ਲਾ ਕੇ ਇੱਕ 'ਚ ਰਾਸ਼ਨ ਅਤੇ ਇੱਕ 'ਚ ਆਪਦੀ ਸੰਗਤ ਬਿਠਾ ਕੇ ਅਸੀਂ ਵੱਡੇ ਰੂਪ ਦੇ ਵਿੱਚ ਹਜ਼ਾਰਾਂ ਟਰੈਕਟਰ ਲੈ ਕੇ ਜਾ ਕੇ ਅਤੇ ਲੱਖਾਂ ਕਿਸਾਨ ਦਿੱਲੀ ਵੱਲ ਵੱਧ ਕੇ ਅਤੇ ਉਹਨੂੰ ਦਿੱਲੀ ਦਾ ਘਰਾਓ ਕਰਕੇ ਪੱਕਾ ਰੂਪ ਜਦ ਤੱਕ 3 ਲਾਅ ਵਾਪਸ ਨਹੀਂ ਕੀਤੇ ਅਤੇ 2 ਆਰਡੀਨੈਂਸ ਜਿਹੜਾ ਇੱਕ ਨਵਾਂ ਦੇਤਾ ਹੁਣ ਇਹਨਾਂ ਨੇ ਪਰਾਲੀ ਦੇ ਉੱਤੇ 1 ਕਰੋੜ ਰੁਪਏ ਜੁਰਮਾਨਾ ਅਤੇ 5 ਸਾਲ ਦੀ ਕੈਦ ਅਤੇ ਇੱਕ ਜਿਹੜਾ 2020 ਬਿਜਲੀ ਐਕਟ ਆ ਆਰਡੀਨੈਂਸ ਦੇ ਰੂਪ 'ਚ ਹੀ ਆ ਵੀ ਉਹ ਜਦ ਤੱਕ ਵਾਪਸ ਨਹੀਂ ਦਿੱਤਾ ਜਾਂਦਾ ਜਦ ਤੱਕ। ਅਸੀਂ ਰਾਮਲੀਲਾ ਗਰਾਊਂਡ ਦੇ ਵਿੱਚ ਪਰਮਿਸ਼ਨ ਲਿੱਤੀ ਸੀ, ਪਹਿਲਾਂ ਉਹਨਾਂ ਨੇ ਪਰਮਿਸ਼ਨ ਦੇ ਦਿੱਤੀ, ਉਸ ਤੋਂ ਬਾਅਦ ਜਦੋਂ ਸਾਡੀ ਮੀਟਿੰਗ ਕੱਲ੍ਹ ਬੇਸਿੱਟਾ ਰਹੇਗੀ ਪਰਸੋਂ ਵਾਲੀ 13 ਤਰੀਕ ਵਾਲੀ, ਉਸ ਤੋਂ ਬਾਅਦ ਸਾਡੀ ਪਰਮਿਸ਼ਨ ਵੀ ਉਹਨਾਂ ਨੇ ਕੈਂਸਲ ਕਰਤੀ। ਹੁਣ 18 ਤਰੀਕ ਨੂੰ ਇਹਦਾ ਅਗਲਾ ਰੂਪ ਜਿਹੜਾ 30 ਜਥੇਬੰਦੀਆਂ ਬੈਠ ਕੇ ਚੰਡੀਗੜ੍ਹ ਕਿਸਾਨ ਭਵਨ 'ਚ ਲਿਖਣਗੀਆਂ। ਉਹਨਾਂ ਨੇ ਸਾਨੂੰ ਤਿਆਰੀ ਕਰਨ ਨੂੰ ਕਿਹਾ ਵੀ ਬਾਕੀ ਜਥੇਬੰਦੀਆਂ ਸਾਰੀਆਂ ਤਿਆਰ ਰਹਿਣ, ਉਹਦੀ ਤਿਆਰੀ ਦੇ ਰੂਪ ਦੇ ਵਿੱਚ ਅੱਜ ਸਪੈਸ਼ਲ ਮੀਟਿੰਗ ਕੀਤੀ ਗਈ ਵੀ ਭਾਰਤ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਜਿਹੜਾ ਯੋਗਦਾਨ ਪਾਇਆ ਜਾਊ 30 ਜਥੇਬੰਦੀਆਂ ਦੇ ਵਿੱਚ ਉਹਦੀ ਤਿਆਰੀ ਬਾਰੇ ਆਪ ਵਾਪਸ ਕੀਤੀ। ਹੁਣ ਦਿੱਲੀ ਚਲੋ ਦਾ ਨਾਰਾ ਦਿੱਤਾ ਵੀ ਜਿੱਥੇ ਦੇ ਰੁਕਣਗੇ ਉੱਥੇ ਹੀ ਰੁਕ ਜਾਵਾਂਗੇ। ਸਾਡਾ ਹਰ ਰੂਪ ਦੇ ਵਿੱਚ ਹੈਗੀ ਆ। ਬੰਗਲਾ ਸਾਹਿਬ ਗੁਰਦੁਆਰੇ ਦੇ ਬਾਹਰ 26 ਤਰੀਕ ਨੂੰ ਤਕਰੀਬਨ 18 ਤਰੀਕ ਨੂੰ ਫੈਸਲਾ ਹੋਣਾ ਵੀ ਕਿੱਥੇ ਇਕੱਠਾ ਹੋਣਾ, ਉੱਥੇ ਇਕੱਠਾ ਕੱਤ ਕੀਤਾ ਜਾਊਗਾ। ਜਿਹੜੇ ਟਰੈਕਟਰ ਟਰਾਲੀਆਂ 'ਚ ਤੁਰਨਗੇ ਕਿਸਾਨ ਉਹ ਜਿੱਥੇ ਵੀ ਰੋਕੇ ਜਾਣਗੇ ਉੱਥੇ ਸੜਕਾਂ ਜਾਮ ਕੀਤੀ ਜਾਣਗੀ। ਇਹ 2 ਮਿਨਿਸਟਰਾਂ ਨੇ ਸਾਨੂੰ ਲੈਟਰ 'ਤੇ ਦਿੱਤਾ ਸੀ, 3ਜੇ ਮਿਨਿਸਟਰ ਆਪਣੇ ਸੋਮਨਾਥ ਜੀ ਜਿਹੜੇ ਪੰਜਾਬ ਦੇ ਹੈਗੇ ਆ ਐਜ਼ ਪੰਜਾਬੀ ਤੌਰ 'ਤੇ ਉੱਥੇ ਆਪਣੇ ਸਟੇਟ ਮਿਨਿਸਟਰ ਨੇ ਉਹ ਬੈਠੇ ਸੀਗੇ ਅਤੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਨਾਲ ਅਫਸਰ ਸਾਹਿਬਾਨਾਂ ਨਾਲ ਪੂਰੇ ਵਿਚਾਰ ਵਟਾਂਦਰਾ ਹੋਇਆ। ਉਹ ਵਿਚਾਰ ਵਟਾਂਦਰਾ ਨੂੰ ਅਸੀਂ ਚੰਗੀ ਤਰ੍ਹਾਂ ਉਹਨਾਂ ਨੂੰ ਦੱਸਤਾ ਵੀ ਜਿਹੜੇ ਜਿਹੜੇ ਕਾਨੂੰਨ ਤੁਸੀਂ ਤੋੜੇ ਨੇ, ਜਿਹੜੇ ਸੈਂਟਰਲ ਦੇ ਕਾਨੂੰਨ ਤੋੜ ਕੇ ਤੁਸੀਂ ਲਾਅ ਬਣਾਏ ਆ, ਜਿਹੜੇ ਸਟੇਟ ਦੇ ਕਾਨੂੰਨ ਤੋੜ ਕੇ ਤੁਸੀਂ ਲਾਅ ਬਣਾਇਆ, ਵੀ ਇਹ ਲਾਅ ਕਿਤੇ ਖੜਦੇ ਹੀ ਨਹੀਂ ਪ੍ਰਿੰਸੀਪਲ ਤੌਰ 'ਤੇ, ਅਤੇ ਉਹ ਸਾਬਤ ਹੋ ਚੁੱਕੇ ਆ। ਉਹਨਾਂ ਨੇ ਆਪ ਮੰਨਿਆ ਵੀ ਹਾਲੇ ਇਹ ਵਿਚਾਰ ਵਟਾਂਦਰਾ ਕਰਨ ਲਈ, ਤੋਮਰ ਜੀ ਦਾ ਵੀ ਵਿਚਾਰ ਤੁਸੀਂ ਸੁਣਿਆ ਹੋਊਗਾ ਵੀ ਉਹ ਕਹਿੰਦੇ ਵੀ ਹਾਲੇ ਬਹੁਤ ਲੰਬੀ ਸਮਾਂ ਹੋਰ ਅਗਲੀ ਮੀਟਿੰਗ ਰੱਖੀ ਜਾਊਗੀ ਜੇ ਤਾਂ ਵਿਚਾਰ ਰੱਖੇ ਜਾਣਗੇ, ਕਿਉਂਕਿ ਉਹਨਾਂ ਕੋਲ ਸਾਡੇ ਜਵਾਬ ਹੈ ਹੀ ਨਹੀਂ ਸੀ ਜਿਹੜੇ ਪ੍ਰਸ਼ਨ ਅਸੀਂ ਕਰਦੇ ਸੀ।